जिला मोगा दे पिंड किशनपुर कलां तो शर्मनाक घटना उस समय सामने आई जदों दो बच्चों की मां एक कुआरे मुंडे दे प्यार दे चंगुल विच फस गई। काफी समा बीतन तो बाद दोनों घर तो फरार हो गए, पर एक साल बीतन तो बाद उक्त प्रेमी ने अपनी प्रेमिका नूं छड्ड के किते होर व्याह करवा लिया, जिस नाल प्रेमिका ना करती रही ना काटदी। जदों साडी टीम वालों प्रेमिका दे घर जाके गल करनी चाही तां घर नूं ताला लग्या होया, अते जदों इस संबंधी उस दे पति नाल गलबात कीती तां उसने दस्सिया कि उक्त औरत मैनूं अते मेरे बच्चों नूं छड्ड के जा चुकी है, हुण मेरा उस नाल वास्ता नहीं है, चाहे उह किसे नाल वी रहे। सुखविंदर सिंह परमन के घर आना मैनू साल पहला छड़ के चली गई जरनैल सिंह नाल, मैं हूँ रखना नहीं चाहता, मेरा तलाक हो चुका वा। हुण उहने जरनैल सिंह ने विआह करा लिया, हुण उह आपे रखे नूं मैं नहीं रख सकदा, नहीं मेरे साल नहीं घरों जा चुकी है। मैं हरमन कौर किशनपुर की रहने वाली हाँ, मेरी शादी करीब 19-20 साल हो चुके हैं, दो बच्चे है मेरी शादी तो। ਤੁਸੀਂ ਦੱਸੋ ਹੁਣ ਕੀ ਤੁਸੀਂ ਕਹਿਣਾ ਚਾਹੁੰਦੇ ਆ? ਮੇਰੀ ਸ਼ਾਦੀ ਦੋ ਬੱਚੇ ਹਨ ਅਤੇ ਮੈਂ ਇਸ ਨਾਲ ਮੇਰੀ ਗੱਲਬਾਤ ਹੋ ਗਈ, ਮੇਰੇ ਘਰ ਆਉਂਦਾ ਜਾਂਦਾ ਸੀ ਇਹ, ਅਤੇ ਇਹਦੇ ਨਾਲ ਮੇਰੀ ਗੱਲਬਾਤ ਹੋ ਗਈ ਅਤੇ ਮੇਰੇ ਨਾਲ ਨਜਾਇਜ਼ ਸੰਬੰਧ ਬਣਾਉਣ ਲੱਗ ਗਿਆ, ਅਤੇ ਇਸਨੇ ਇਹ ਕਹਿੰਦਾ ਸੀ ਮੈਂ ਕੁਆਰਾ ਵਾਂ, ਮੇਰੇ ਨਾਲ ਸ਼ਾਦੀ ਕਰ ਲਾ। ਮੈਂ ਕਿਹਾ ਵੀ ਨਹੀਂ, ਮੇਰੇ ਘਰ ਵਿੱਚ ਕਲੇਸ਼ ਹੁੰਦਾ ਸੀ, ਉਹ ਵੀ ਇਹਨੂੰ ਪਤਾ ਸੀ ਸਾਰਾ, ਇਹ ਕਹਿੰਦਾ ਮੈਂ ਕੁਆਰਾ ਮੇਰੇ ਨਾਲ ਸ਼ਾਦੀ ਕਰ ਲਾ, ਆਪਾਂ ਭੱਜ ਕੇ ਸ਼ਾਦੀ ਕਰਾ ਲਈ ਅਤੇ ਮੇਰਾ ਪੰਜਾਬੀ ਤਲਾਕ ਹੋ ਗਿਆ, ਮੇਰੇ ਘਰਦਿਆਂ ਨੂੰ ਵੀ ਪਤਾ, ਮੇਰੇ ਬੱਚਿਆਂ ਨੂੰ ਵੀ ਪਤਾ ਇਹਦੇ ਬਾਰੇ, ਅਤੇ ਮੇਰੇ ਗਾਂ ਪੇਕਿਆਂ ਨੂੰ ਵੀ ਪਤਾ ਇਹਦੇ ਬਾਰੇ, ਸਾਰਿਆਂ ਨੂੰ ਪਤਾ ਸੀ ਇਹਦੇ ਬਾਰੇ। ਪਰ ਇਹ ਘਰ ਵਾਲੇ ਵੀ ਮੇਰੇ ਕੋਲ ਆਉਂਦੇ ਜਾਂਦੇ ਸੀਗੇ, ਇਹਨਾਂ ਦੇ ਘਰ ਵੀ ਮੈਂ ਆਉਂਦੀ ਜਾਂਦੀ ਸੀਗੀ। ਕੀ ਨਾਂ ਕਹਿੰਦਾ ਬੰਦੇ ਦਾ? ਜਰਨੈਲ ਸਿੰਘ, ਫਤਿਹਪੁਰ ਬਸਤੀ, 79 ਸਿੰਘ ਦਾ ਮੁੰਡਾ। ਕਿੰਨਾ ਚਿਰ ਹੋ ਗਿਆ ਤੁਹਾਡੀ ਗੱਲਬਾਤ ਨੂੰ? ਮੇਰੇ ਨੂੰ 8 ਸਾਲ ਹੋ ਗਏ ਇਹਨਾਂ ਗੱਲਬਾਤ, 1 ਸਾਲ ਮੈਂ ਮੁੱਗੀ ਰਹੀ ਹਾਂ ਇਹਦੇ ਨਾਲ ਕਿਰਾਏ 'ਤੇ, ਅਤੇ ਉੱਥੋਂ ਮੈਨੂੰ ਟਾਲ ਮਟੋਲ ਕਰਦਾ ਰਿਹਾ, ਮੈਂ ਕਿਹਾ ਤੂੰ ਘਰ ਗੱਲ ਕਰ, ਮੈਂ ਕਰੂੰਗਾ ਘਰ ਗੱਲ। ਫਿਰ ਇੱਕ ਵੇਤਾ ਇਹਦਾ ਮੈਂ ਸ਼ਗਨ ਵੀ ਤੋੜਿਆ ਵਾ, ਕਹਿੰਦਾ ਮੈਨੂੰ 10 ਦਿਨ ਦੇ ਦੇ, 10 ਦਿਨ ਤੋਂ 7 ਮਹੀਨੇ ਨੇ ਮੇਰੇ ਤੋਂ ਮੰਗੇ, ਮੈਂ ਉਹ ਵੀ ਦੇ ਦਿੱਤੇ 7 ਮਹੀਨਿਆਂ 'ਚ ਨਹੀਂ ਆ ਵਾਕਾ ਕੀਤਾ। ਕਹਿੰਦਾ ਮੈਂ ਲੈਂਟਰ ਪਾਉਣ ਜਾਣਾ ਵਾ ਘਰ ਮਾਮੇ ਦੇ ਰਿਸ਼ਤੇਦਾਰੀ 'ਚ, ਮੈਂ ਆਊਂਗਾ ਹਫ਼ਤੇ ਨੂੰ ਆਊਂਗਾ, ਲੈਂਟਰ ਪਾਇਆ ਵਾ, ਅਤੇ ਹਫ਼ਤੇ ਦੇ ਅੰਦਰ ਇਹਨੇ 15 ਦਿਨ ਇਹਨੇ ਵਿਆਹ ਕਰਵਾ ਲਿਆ। ਇਹਨੇ ਵਿਆਹ ਹੋਰ ਕਰਾ ਲਿਆ? ਇਹਨੇ ਵਿਆਹ ਹੋਰ ਕਰਾ। ਜਦ ਮੇਰੇ ਘਰ ਪਹੁੰਚੀ ਅਤੇ ਇਹਦੇ ਘਰਦਿਆਂ ਨੇ ਮੈਨੂੰ ਬੰਦੀ ਬਣਾ ਲਿਆ, ਰੱਸੇ ਨਾਲ ਬੰਨ੍ਹ ਕੇ, ਇਹਦੇ ਛੋਟੇ ਭਰਾ ਨੇ ਮੈਨੂੰ ਵਿੱਕੀ ਨੇ, ਜਦੋਂ ਇਹਨੇ ਸਾਰਾ ਕੁਛ ਹੋ ਗਿਆ ਤਾਂ ਉਦੋਂ ਮੈਨੂੰ ਸੱਦਿਆ, ਫਿਰ ਧਰਮਕੋਟ ਤੋਂ ਰੇਡੀ ਪੁਲਿਸ ਮੰਗਾਈ, ਕਿਸ਼ਨਪੁਰੇ ਦੀ ਪੁਲਿਸ ਆਈ ਅਤੇ ਮੈਨੂੰ ਲੈ ਕੇ ਗਏ। ਜਦੋਂ ਮੈਂ ਕਿਸ਼ਨਪੁਰ ਵਾਲੀ ਪੁਲਿਸ ਕੋਲ ਗਈ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੇਰੇ ਖਿਲਾਫ਼। ਪੁਲਿਸ ਸੁਰੱਖਿਆ ਲਈ ਹੁੰਦੀ ਹੈ ਨਾ, ਮੈਂ ਮੰਨਦੀਆਂ ਨਹੀਂ ਹੁੰਦੀ। ਇਹ ਤੁਹਾਨੂੰ ਵੀ ਵਿਆਹ ਕਰਕੇ ਲਿਆ, ਪਤੀ ਪਤਨੀ ਮੈਨੂੰ ਵਿਆਹ ਕਰਕੇ ਲੈ ਕੇ ਗਿਆ, ਮੇਰੇ ਇਹਨੇ ਜਾ ਕੇ ਦੂਏ ਦਿਨ ਮੰਗਲ ਸੂਤਰ ਅਤੇ ਸੰਧੂਰ ਪਾਇਆ ਇਹਨੇ, ਕਹਿੰਦਾ ਮੇਰੇ ਘਰ ਵਾਲੀ ਹੈ, ਸਾਰਿਆਂ ਨੂੰ ਕਹਿੰਦਾ ਰਿਹਾ ਉੱਥੇ ਮੇਰੇ ਘਰ ਵਾਲੀ ਹੈ, ਅਤੇ ਹੁਣ ਬੰਦਾ ਕਹਿੰਦਾ ਮੈਂ ਤਾਂ ਇਹਨੂੰ ਜਾਣਦਾ ਤੱਕ ਨਹੀਂ ਗਾ। ਹੁਣ ਤੁਸੀਂ ਕਾਰਵਾਈ ਕੀ ਕਰਾਉਣਾ? ਮੈਂ ਇਨਸਾਫ ਚਾਹੁੰਦੀ ਹਾਂ ਤੋਂ, ਮੈਨੂੰ ਇਨਸਾਫ ਦਵਾਇਆ ਜਾਵੇ, ਵੀ ਕਾਰਵਾਈ ਇਹਦੇ 'ਤੇ ਕੀਤੀ ਜਾਵੇ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।